जननायक जनता पार्टी के युवा जिलाध्यक्ष व शुगर केन कंट्रोल बोर्ड के सदस्य डॉक्टर जसविंदर खैरा ने कहा है कि पंजाब के पूर्व मुख्यमंत्री प्रकाश सिंह बादल के निधन से बहुत बड़ी क्षति पहुंची है। उनका चले जाना एक युग के अंत जैसा है। खैरा ने कहा कि जब भी वे उनसे मिलते थे तो बहुत अच्छे से गाइड करते थे और हर बार पूछते थे कि काका की हाल है। ऐसे में उनसे मिलकर उन्हें नई ऊर्जा मिलती थी। उनकी कमी को कभी पूरा नहीं किया जा सकता। डॉक्टर खैरा ने कहा कि पंजाब की राजनीति को अगर किताब के पन्नों पर उतारा जाएगा तो प्रकाश सिंह बादल का नाम लिखे बिना इसे पूरा नहीं माना जा सकता। वे पंजाब के 5 बार मुख्यमंत्री रहे, सबसे कम उम्र के मुख्यमंत्री और सबसे ज्यादा उम्र के मुख्यमंत्री के रूप में प्रकाश सिंह बादल के नाम रिकॉर्ड कायम है। उन्होंने पूरा जीवन पंजाब प्रदेश की सेवा की। उन्होंने अपने जीवन में किसान में मजदूर मसीहा के रूप में अपनी पहचान बनाने का काम किया। खैरा ने कहा कि उनके बठिंडा जिले के बादल गांव के सरपंच बनने के साथ उनके राजनीतिक जीवन की शुरुआत हुई थी। प्रकाश सिंह बादल पंजाब के हर वर्ग के सच्चे हितैषी रहे हैं। उनकी सरकार के दौरान जनता के हित में मुफ्त बिजली देने जैसे बड़े निर्णय लिए गए। देश के लिए प्रकाश सिंह बादल के योगदान को सदा याद रखा जाएगा। सरदार प्रकाश सिंह जी बादल जी दे चले जाण नाल एक बहुत वड्डा घाटा जो देश नूं पिया है और जो घाटा कदी भी पूरा करन वाला एक घाटा है। उन्होंने समुचे देश की अपने एक एक रोम करके इस देश की सेवा की। उन्होंने कदी भी नहीं सोचा और मैं समझदा हाँ कि सरदार प्रकाश सिंह बादल जी दे जाण नाल एक बहुत वड्डे युग का अंत होया है। सरदार प्रकाश सिंह बादल जी ने जिथे पंजाब की सेवा की, पंजाबीयत की सेवा की, उस दे नाल नाल सारे भारत देश की उन्होंने सेवा करके इस देश का नाम उच्चा किया और अज उन्होंने जाण नाल बहुत वड्डा घाटा पिया है। सारा ही देश उन्होंने नमन करता है। देश के नाल नाल पूरे दुनिया के जिथे जिथे भी उन्होंने चाहण वाले लोग बैठे ने अज उन्होंने याद कर रहे हैं, उन्होंने नमन कर रहे हैं। ਜਿਵੇਂ ਤੁਸੀਂ ਮਿਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਸੀ ਮਤਲਬ ਬਾਦਲ ਸਾਹਿਬ ਨੂੰ ਮਿਲੇ? ਬਿਲਕੁਲ ਜਦੋਂ ਜਦੋਂ ਵੀ ਹਰਿਆਣੇ ਦੇ ਵਿੱਚ ਉਹ ਆਏ, ਸਾਡੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਆਏ ਔਰ ਜਦੋਂ ਜਦੋਂ ਵੀ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਬੜਾ ਹੀ ਉਹਨਾਂ ਨੇ ਪਿਆਰ ਔਰ ਸਤਿਕਾਰ ਹਮੇਸ਼ਾ ਹੀ ਦਿੱਤਾ। ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ ਸੀਗੇ, ਹਮੇਸ਼ਾ ਹੀ ਜਦੋਂ ਵੀ ਆਵਾਜ਼ ਮਾਰਦੇ ਸੀ ਜਾਂ ਉਹਨਾਂ ਨੂੰ ਅਸੀਂ ਮਿਲਣ ਜਾਂਦੇ ਸੀਗੇ ਤੇ ਉਹ ਇੱਕ ਇਸ ਤਰ੍ਹਾਂ ਹੀ ਕਹਿੰਦੇ ਸੀ, ਕਾਕਾ ਜੀ ਕੀ ਹਾਲ ਹੈ ਤੁਹਾਡਾ, ਕੀ ਹਾਲ ਹੈ ਤੁਹਾਡੇ ਪਰਿਵਾਰ ਦਾ, ਕੀ ਹਾਲ ਹੈ ਤੁਹਾਡੀ ਫਸਲਾਂ ਦਾ। ਮਤਲਬ ਇਸ ਤਰੀਕੇ ਦਾ ਇੱਕ ਰਿਸ਼ਤਾ ਉਹ ਹਮੇਸ਼ਾ ਹੀ ਹਰ ਇੱਕ ਨਾਲ ਬਣਾਉਂਦੇ ਸੀ ਔਰ ਬੜੇ ਹੀ ਪਿਆਰ ਔਰ ਬੜੇ ਹੀ ਸਤਿਕਾਰ ਹਰ ਇੱਕ ਨੂੰ ਦਿੰਦੇ ਸੀਗੇ। ਅੱਜ ਮੈਂ ਸਮਝਦਾ ਹਾਂ ਕਿ ਉਹਨਾਂ ਦੀਆਂ ਦਿੱਤੀਆਂ ਹੋਈਆਂ ਜੋ ਸ਼ਿਕਸ਼ਾ ਉਹ ਸਾਨੂੰ ਦੇ ਕੇ ਗਏ ਨੇ ਕਿ ਕਿਸ ਤਰੀਕੇ ਦੀ ਰਾਜਨੀਤੀ ਔਰ ਕਿਸ ਠਹਿਰਾਵ ਨਾਲ ਔਰ ਕਿਸ ਪਿਆਰ ਨਾਲ ਕਰਨੇ ਹੈ, ਮੈਂ ਸਮਝਦਾ ਹਾਂ ਕਿ ਉਹਨਾਂ ਦੀ ਦਿੱਤੀ ਹੋਈ ਸ਼ਿਕਸ਼ਾ ਨੂੰ ਲੈ ਕੇ ਹਰ ਨੌਜਵਾਨ ਅੱਗੇ ਵਧਣ ਦਾ ਕੰਮ ਕਰੂਗਾ। ਔਰ ਜਦੋਂ ਜਦੋਂ ਵੀ ਸਾਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਪਿਛਲੇ ਦਿਨੇ ਹੀ ਜਦੋਂ ਦਿਗਵਿਜੇ ਸਿੰਘ ਚੌਟਾਲਾ ਜੀ ਦਾ ਵਿਆਹ ਸੀਗਾ, ਅਸੀਂ ਸਿਰਸੇ ਗਏ ਸੀਗੇ ਤਾਂ ਉੱਥੇ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਬੜੇ ਹੀ ਸਤਿਕਾਰ ਅਤੇ ਅਦਬ ਦੇ ਨਾਲ ਜਿਸ ਤਰ੍ਹਾਂ ਉਹ ਪੁੱਛਦੇ ਹੁੰਦੇ ਸੀਗੇ ਉਸ ਤਰ੍ਹਾਂ ਹੀ ਉਹਨਾਂ ਨੇ ਹਾਲ ਪੁੱਛਿਆ। ਔਰ ਮੈਨੂੰ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਚਲੇ ਜਾਣ ਦੇ ਨਾਲ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਘਾਟੇ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਲੱਗਦਾ ਸੀ ਇੱਕ ਚੀਜ਼ ਪੰਜਾਬ ਦਾ 5 ਵਾਰੀ ਚੀਫ ਮਿਨਿਸਟਰ ਰਿਹਾ, 11 ਵਾਰੀ MLA? ਬਹੁਤ ਬਹੁਤ ਵੱਡੀ ਗੱਲ ਹੈ। ਮੈਂ ਸਮਝਦਾ ਹਾਂ ਕਿ ਇੱਕ ਆਪਣੇ ਆਪ 'ਚ ਹੀ ਇੱਕ ਬਹੁਤ ਵੱਡਾ ਰਿਕਾਰਡ ਹੈ 5 ਵਾਰ CM ਬਣਨਾ ਔਰ ਸਭ ਤੋਂ ਘੱਟ ਉਮਰ ਦਾ CM ਬਣਨਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਨਿਚਲੇ ਸਤਰ ਤੋਂ ਚੱਲ ਕੇ ਜੋ ਇਨਸਾਨ ਨਿਚਲੇ ਸਤਰ ਤੋਂ ਰਾਜਨੀਤੀ ਸ਼ੁਰੂ ਕਰਦਾ ਹੈ, ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਜ਼ਿਆਦੀਆਂ ਪਤਾ ਹੁੰਦੀਆਂ ਹਨ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵੀ ਆਪਣੀ ਉਸੇ ਤਰੀਕੇ ਦੀ ਰਾਜਨੀਤੀ ਸ਼ੁਰੂ ਕੀਤੀ ਔਰ ਲੋਕਾਂ ਦੇ ਦੁੱਖ ਦਰਦ ਜਾਣੇ, ਲੋਕਾਂ ਦੇ ਵਿੱਚ ਰਹਿ ਕੇ ਰਾਜਨੀਤੀ ਕੀਤੀ ਔਰ ਉਸ ਰਾਜਨੀਤੀ ਨੂੰ ਵਧਾਇਆ ਕਿ ਲੋਕਾਂ ਨੂੰ ਸਿਖਾਇਆ ਕਿ ਲੋਕਾਂ ਦੇ ਵਿੱਚ ਰਹਿ ਕੇ ਰਾਜਨੀਤੀ ਕਰੋ, ਨਾ ਕਿ ਆਫਿਸ ਔਰ ਡਰਾਇੰਗ ਰੂਮ ਦੇ ਵਿੱਚ ਬਹਿ ਕੇ ਰਾਜਨੀਤੀ ਕਰੋ। ਤਾਂ ਐਸੀ ਸ਼ਖਸੀਅਤ ਦਾ ਚਲੇ ਜਾਣਾ, ਇੱਕ ਯੁੱਗ ਦਾ ਅੰਤ ਹੋ ਜਾਣਾ, ਮੈਂ ਸਮਝਦਾ ਹਾਂ ਕਿ ਕਦੀ ਘਾਟਾ ਨਹੀਂ ਪੂਰਾ ਹੋ ਸਕਦਾ।